ਸਰਕਾਰ ਇੱਕ ਬਾਬਾ ਬਦੁੱਲਾ ਹੈ ਮਲਖਾਣੇ ਦਾ, ਜਿੱਥੇ ਦਾ ਚੌਧਰੀ ਅਮਜਦ ਚੀਮਾ ਨਹੀਂ ਉੱਥੇ ਦਾ। ਸਰਕਾਰ ਨੇ ਜ਼ਿੰਦਗੀ 'ਚ ਇੱਕੋ ਹੀ ਸ਼ੇਰ ਲਿਖਿਆ, ਦਸ ਬਾਰਾਂ ਸਾਲ ਜੰਗਲ 'ਚ ਗੁਜ਼ਾਰ ਕੇ ਆਏ ਨਾ, ਅਤੇ ਜੇ ਫਿਰ ਘਰ ਆਏ ਤਾਂ ਪੋਤਰੀਆਂ ਪੋਤਰੇ ਦੁਆਲੇ ਹੋ ਗਏ, ਕੋਈ ਇੱਧਰੋਂ ਖਿੱਚ ਕੋਈ ਇੱਧਰੋਂ ਖਿੱਚ, ਇਹ ਕੋਈ ਦਸ ਮੰਗ ਕੋਈ ਪੰਜ ਮੰਗ। ਬਾਬੇ ਹੋਰਾਂ ਹਿਸਾਬ ਲਾਇਆ ਵਾ, ਮੈਂ ਚੰਗਾ ਵਾਈਫਾਈ 'ਚ ਪੈ ਗਿਆ ਵਾਂ, ਇਹਦੇ ਨਾਲ ਤਾਂ ਇਕੱਲਾ ਹੀ ਚੰਗਾ ਸਾਂ। ਬਾਬੇ ਹੋਰਾਂ ਦਾ ਕਲਮ ਜਾਰੀ ਹੋਇਆ, ਕਲਮ ਨੇ ਲਿਖਿਆ ਕਿ ਚਾਹ ਇੱਥੇ ਬੋਲ ਨਾ ਮਿੱਠੀਆਂ ਬੋਲੀਆਂ, ਐ ਤੂੰ ਚੁੱਪ ਕਰ ਵਕਤ ਲੰਘਾ, ਤੇ ਤੇਰੇ ਮਗਰ ਸ਼ਿਕਾਰੀ ਨੇ ਮੌਤ ਦੇ। ਐ ਜਿਹੜੇ ਬੈਠੇ ਨੇ ਤਾਕ, ਐ ਲਗਾ ਤੇ ਤੇਰੀ ਗਰਦਨ ਛੁਰੀ ਚਲਾਣਗੇ, ਐ ਤੈਨੂੰ ਲੈਣਗੇ ਮੂਲ ਫਸਾ ਤੇ ਤੇਰੀਆਂ ਕਰਕੇ ਨਿੱਕੀਆਂ ਬੋਟੀਆਂ, ਐ ਤੇਰੀਆਂ ਕਰਕੇ ਨਿੱਕੀਆਂ ਬੋਟੀਆਂ, ਐ ਨਾਲੇ ਹਾਂਡੀ ਲੈਣਗੇ ਪਾ ਤੇ ਤੇਰਾ ਭੁੰਨ ਕਬਾਬ ਬਣਾਉਣਗੇ। ਐ ਜੇ ਵੇਲੜਾਈ ਉੱਡ ਜਾ ਤੇ ਇੱਥੇ ਘਰ ਘਰ ਡਾਕੂ ਨੇ ਮੌਤ ਦੇ। ਐ ਜਿੰਨਾ ਐ ਨਹੀਂ ਖੌਫ ਖੁਦਾ ਇੱਥੇ ਡਾਕੇ ਪੈਣ ਦੁਪਹਿਰ ਨੂੰ, ਇੱਥੇ ਡਾਕੇ ਪੈਣ ਦੁਪਹਿਰ ਨੂੰ, ਉਹ ਤੈਨੂੰ ਕਰ ਸਣ ਮਾਰ ਤਬਾਹ ਤੇ ਸੇ ਸਿੱਖਾ ਕਾਜ਼ੀ ਖਾ ਖਾ ਛੁੱਟਾਂ। ਓ ਇੱਥੇ ਕਾਜ਼ੀ ਖਾ ਖਾ ਵੇ ਸ਼ੂਰ ਤਾਂ ਕੋਈ ਸੂਲੀ ਦੇਣ ਚਿੜਾ ਤੇ, ਇੱਥੇ ਨਾ ਅਕਲ ਨਹੀਂ ਕਰਦੇ ਵੇ ਬਾਦਸ਼ਾਹ। ਇੱਥੇ ਅਕਲ ਨਹੀਂ ਕਰਦੇ ਉਹ ਬਾਦਸ਼ਾਹ ਜਿਹੜੇ ਅੱਗ ਮੈਂ ਕਹਿ
ਰਹਿਮ ਦੇ ਵਿੱਚ ਨਮਾਜ਼ੀਆਂ ਐ ਹਾਜੀ ਗਜ਼ਬ ਉਲਾ ਇੱਥੇ ਸਬਰ ਨਹੀਂ ਅੰਦਰ ਸੂਫੀਆਂ ਐ ਗੱਲ ਤਸਬੀ ਮਕਰ ਰਿਹਾ ਤੇ ਤੂੰ ਵੇਖ ਨਾ ਭੁੱਲੀ ਦਾੜੀਆਂ ਇੱਥੇ ਬਾਬੇ ਹੋਣਾ ਐ ਗੱਲ ਮੌਲਵੀ ਦੀ ਕੀਤੀ ਹੈ ਆਖਿਆ ਤੂੰ ਵੇਖ ਨਾ ਭੁੱਲੀ ਦਾੜੀਆਂ ਇਹ ਅੰਦਰੋਂ ਨਹੀਂ ਸਫਾ ਤੇ ਨਾ ਦੁਨੀਆਂ ਠੱਗਣ ਵਾਸਤੇ ਐ ਮੱਥੇ ਲੈ ਨੇ ਕਸਾ ਤੇ ਜਿਹੜੇ ਸੱਜਣ ਤੈਨੂੰ ਪੇ ਜਾਪਦੇ ਉਹ ਅੰਦਰੂ ਨੇ ਬਦ ਖਵਾ ਤੇ ਇੱਥੇ ਯਾਰ ਯਾਰਾਂ ਨੂੰ ਪੇ ਮਾਰਦੇ ਕਿਵੇਂ ਬਦਰ ਮਨਵਰ ਸੂਰਤਾਂ ਐ ਕਬਰੀ ਦੇਂਦਾ ਪਾ ਤੇ ਇੱਥੇ ਸੋਹਣੇ ਫੁੱਲ ਗੁਲਾਬ ਦੇ ਚੱਲੀਏ ਇਹ ਦੁਨੀਆਂ